ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 27 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ, ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਤੁਸੀਂ ਫੋਟੋ 'ਤੇ ਦੇਖਿਆ ਹੋਵੇਗਾ ਕਿ ਜਿਹੜੀ ਮੋਹਰੇ ਲੱਗੀ ਆ ਉੱਤੇ ਲਿਖਿਆ ਹੋਇਆ ਕਿ ਕਿਤੇ ਭਾਰੀ ਮੀਂਹ ਅਲਰਟ ਅਤੇ ਕਿਤੇ ਗਰਮੀ। ਪੂਰੇ ਇੰਡੀਆ ਦਾ ਮੌਸਮ ਤਕਰੀਬਨ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਉੱਤਰ ਭਾਰਤ ਦੇ ਵਿੱਚ ਵੱਡੇ ਪੱਧਰ 'ਤੇ ਗਰਮੀ ਪੈ ਰਹੀ ਹੈ ਅਤੇ ਦੂਜੇ ਪਾਸੇ ਮੀਂਹ ਵੀ ਕਾਫੀ ਵੱਡੀ ਪੱਧਰ 'ਤੇ ਪੈ ਰਹੇ ਨੇ, ਜੋ ਸਾਊਥ ਵਾਲੇ ਪਾਸੇ ਹੋ ਗਿਆ ਜੋ ਸਮੁੰਦਰ ਦੇ ਲਾਗੇ ਜਿਹੜੇ ਇਲਾਕੇ ਨੇ। ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਕੱਲ੍ਹ ਕੁਝ ਕੁ ਇਲਾਕਿਆਂ ਦਾ ਟੈਂਪਰੇਚਰ 47 ਡਿਗਰੀ ਨੂੰ ਦਰਜ ਕੀਤਾ ਗਿਆ, ਜਿੱਥੇ ਵੱਡੇ ਪੱਧਰ 'ਤੇ ਗਰਮੀ ਪੈ ਰਹੀ ਹੈ। ਰਾਜਸਥਾਨ ਵਿੱਚ 50 ਡਿਗਰੀ ਦਰਜ ਕੀਤਾ ਗਿਆ ਸਭ ਤੋਂ ਵੱਧ ਟੈਂਪਰੇਚਰ। ਅਤੇ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ, ਇਹਨਾਂ ਤਿੰਨਾਂ ਇਲਾਕਿਆਂ ਦੇ ਵਿੱਚ ਗਰਮੀ ਦਾ ਪੂਰਾ ਜ਼ੋਰ ਚੱਲ ਰਿਹਾ ਹੈ। ਰਾਹਤ ਮਿਲਦੀ ਹੋਈ ਦਿਖਾਈ ਅਗਲੇ 2 ਤੋਂ 3 ਦਿਨ ਨਹੀਂ ਦੇ ਰਹੀ ਅਤੇ ਟੈਂਪਰੇਚਰ ਵਿੱਚ ਇਸ ਤੋਂ ਵੀ ਜ਼ਿਆਦਾ ਵਾਧਾ ਦੇਖਿਆ ਜਾ ਸਕਦਾ ਹੈ। ਹੋ ਸਕਦਾ ਕਿ ਪੰਜਾਬ ਦਾ ਟੈਂਪਰੇਚਰ ਵੀ 47 ਜਾਂ 48 ਡਿਗਰੀ ਦੇ ਆਸ ਪਾਸ ਕੁਝ ਇਲਾਕਿਆਂ ਦੇ ਵਿੱਚ ਦਰਜ ਕੀਤਾ ਜਾ ਸਕਦਾ ਹੈ। ਕੱਲ੍ਹ ਵੀ 47 ਡਿਗਰੀ ਦੇ ਆਸ ਪਾਸ ਦਰਜ ਕੀਤਾ ਗਿਆ। ਸੋ ਸਥਾਈ ਤੌਰ 'ਤੇ ਰਾਹਤ ਮਿਲਦੀ ਹੋਈ ਦਿਖਾਈ ਅਗਲੇ 2 ਦਿਨ ਨਹੀਂ ਮਿਲ ਰਹੀ। 28 ਜਾਂ 29 ਤੱਕ 30 ਤੋਂ ਬਾਅਦ ਹਲਕਾ ਜਿਹਾ ਸਿਸਟਮ ਆਵੇਗਾ, ਜਿਸ ਕਰਕੇ ਥੋੜ੍ਹੀ ਜਿਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਦੂਸਰੇ ਤਰਫ ਜਿਵੇਂ ਫੋਟੋ 'ਚ ਲਿਖਿਆ ਹੋਇਆ ਹੈ, ਕੱਲ੍ਹ ਇੱਕ ਜਿਹੜਾ ਸਮੁੰਦਰ ਵਿੱਚ ਤੂਫਾਨ ਬਣਿਆ ਹੋਇਆ ਸੀਗਾ, ਉਹ ਰਾਤੀਂ ਕਲਕੱਤਾ ਅਤੇ ਬੰਗਲਾਦੇਸ਼ ਦੇ ਨਾਲ ਟਕਰਾਇਆ ਹੈ, ਜਿੱਥੇ ਵੱਡੀ ਪੱਧਰ 'ਤੇ ਮੀਂਹ ਅਤੇ ਤੂਫਾਨ ਆਇਆ ਹੋਇਆ ਹੈ, ਜਿਸ ਦੇ ਸਦਕਾ ਹੋਰ ਵੀ ਇਲਾਕਿਆਂ ਵਿੱਚ ਜੋ ਸਮੁੰਦਰ ਦੇ ਨਾਲ ਲੱਗਦੇ ਹਨ, ਬਿਹਾਰ ਤੱਕ ਮੀਂਹ ਹਨੇਰੀ ਦਾ ਅਲਰਟ ਉਹਨਾਂ ਨੇ ਦੱਸਿਆ ਹੋਇਆ ਹੈ। ਸੋ ਕਿਤੇ ਮੀਂਹ ਅਤੇ ਕਿਤੇ ਗਰਮੀ ਦਾ